ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਨਵਾਂਸ਼ਹਿਰ ਵੱਲੋਂ ਸੜਕ ਉੱਤੇ ਪਸ਼ੂ ਚਰਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ। ਗੜਸ਼ੰਕਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੌਰਾਨ ਆਗੂਆਂ ਨੇ ਕਿਹਾ ਕਿ ਸੜਕ ਉੱਤੇ ਪਸ਼ੂ ਚਰਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨਾਲ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸੜਕ ਉੱਤੇ ਜੰਗਲਾਤ ਵਿਭਾਗ ਅਤੇ ਹੋਰ ਸੰਸਥਾਵਾਂ ਵੱਲੋਂ ਲਗਾਏ ਗਏ ਬੂਟਿਆਂ ਦਾ ਵੀ ਨੁਕਸਾਨ ਹੁੰਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਲੋਕਾਂ ਨੂੰ ਸੜਕ ਉੱਤੇ ਪਸ਼ੂ ਚਰਾਉਣ ਤੋਂ ਰੋਕਦਾ ਹੈ ਤਾਂ ਉਹ ਉਹਨਾਂ ਨਾਲ ਹੱਥੋਂ ਪਾਈ ਤੱਕ ਆ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਹਨ ਪਰ ਇਹਨਾਂ ਲੋਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਬਿਸ ਦੁਆਬਾ ਨਹਿਰ ਦੇ ਨਾਲ ਵਾਲੀ ਕੋਟ ਤੂਈ ਤੱਕ ਜਾਣ ਵਾਲੀ ਸੜਕ ਨਾ ਬਣ ਕਾਰਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ ਪਰ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਗੜਸ਼ੰਕਰ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਹਨ। ਇਸ ਸੜਕ ਬਣਾਉਣ ਸੰਬੰਧੀ ਸੱਤਾਧਿਰ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸੜਕ ਨਹੀਂ ਬਣੀ। ਉਹਨਾਂ ਕਿਹਾ ਕਿ ਜਿੰਨੇ ਪ੍ਰਵਾਸੀ ਮਜ਼ਦੂਰ ਗੜਸ਼ੰਕ ਇਲਾਕੇ ਵਿੱਚ ਆਏ ਹਨ ਉਹਨਾਂ ਦੀ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਵੱਧ ਰਹੀਆਂ ਜੁਰਮਨੁਮਾ ਕਾਰਵਾਈਆਂ 'ਤੇ ਰੋਕ ਲੱਗ ਸਕੇ। ਆਓ ਦੇਖਦੇ ਹਾਂ ਅਸ਼ਵਨੀ ਸ਼ਰਮਾ ਦੀ ਗੜਸ਼ੰਕਰ ਤੋਂ ਪੂਰੀ ਰਿਪੋਰਟ। ਜੇ ਤੁਹਾਨੂੰ ਸਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਦੇਵੀ ਨੂੰ ਰੋਡ ਜਾਂਦਾ ਹੈ ਔਰ ਗੁਰੂ ਰਵਿਦਾਸ ਮਹਾਰਾਜ ਦੀ ਜੋ ਤਪ ਸਥਾਨ ਹੈ ਸਾਹਿਬ ਨੂੰ ਜਿੱਥੇ ਮਿਨਾਰੇ ਬੇਗਮਪੁਰਾ ਜੋ ਬਹੁਤ ਵੱਡਾ ਅਜੂਬਾ ਬਣ ਰਿਹਾ ਉਹਨੂੰ ਜਾਂਦਾ ਹੈ। ਲੋਕਾਂ ਦੀ ਆਸਥਾ ਦਾ ਕੇਂਦਰ ਹੈ ਉਹ ਸੜਕ ਜਿਹੜੀ ਆ ਗੋਡੇ ਗੋਡੇ ਖੱਡੇ ਪਏ ਨੇ। ਪਿੱਛੇ ਜਿਹੇ ਵੱਖ ਵੱਖ ਜਿਹੜੇ ਸੰਗਠਨਾਂ ਨੇ ਧਰਨੇ ਵੀ ਲਾਏ ਲੇਕਿਨ ਸਰਕਾਰ ਦੇ ਕੰਨ ਤੋਂ ਜੂ ਨਹੀਂ ਸਿਰਕੀ। ਸਿਰਫ ਔਰ ਸਿਰਫ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਲੋਲੀਪੋਪ ਦੇ ਕੇ ਆਪਣੀ ਗੱਲ ਸਰਕਾਰ ਨੇ ਖਤਮ ਕਰਤੀ। ਮੈਂ ਬੇਨਤੀ ਕਰਨੀ ਚਾਹੁੰਦਾ ਸਮੇਂ ਦੀ ਸਰਕਾਰ ਨੂੰ ਜਿੱਥੇ ਸਾਡਾ ਫਰਜ਼ ਬਣਦਾ ਹੈ ਪੰਜਾਬ ਦੇ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਦੇਣ ਦਾ ਉੱਥੇ ਜਿਹੜੇ ਅਹਿਮ ਮਸਲੇ ਨੇ ਭਾਵੇਂ ਮੁਸਲਮਾਨ ਭਾਈਚਾਰੇ ਦਾ ਜੋ ਪਸ਼ੂ ਲੈ ਕੇ ਰੋਡਾਂ 'ਤੇ ਨਿਕਲਦੇ ਨੇ ਜਿਹਦੇ ਨਾਲ ਸਾਡੇ ਪੰਜਾਬ ਦਾ ਆਮ ਲੋਕ ਹੈ ਜੋ ਆਮ ਕਿਸਾਨ ਹੈ ਜੋ ਆਮ ਵਰਗ ਹੈ ਜੋ ਦੁਖੀ ਹੁੰਦਾ ਹੈ। ਟ੍ਰੈਫਿਕ ਦੀ ਵੱਡੀ ਸਮੱਸਿਆ ਬਣਦੀ ਹੈ ਐਕਸੀਡੈਂਟ ਹੋਣ ਦੇ ਵੱਡੇ ਖਤਰੇ ਬਣੇ ਹੋਏ ਨੇ ਉਹਨੂੰ ਲੈ ਕੇ ਔਰ ਦੂਜਾ ਜੋ ਸਿਹਤ ਸਹੂਲਤਾਂ ਨੂੰ ਲੈ ਕੇ ਔਰ ਜਿਹੜੀਆਂ ਸਾਡੀਆਂ ਖਾਸ ਕਰਕੇ ਸੜਕਾਂ ਨੇ ਜੇਕਰ ਸੜਕੇ ਨਹੀਂ ਹੋਵੇਗੀ ਚੰਗੀ ਤਰ੍ਹਾਂ ਤਾਂ ਲੋਕ ਕਿਸ ਤਰ੍ਹਾਂ ਆਪਣੇ ਕੰਮ ਕਾਜਾਂ ਨੂੰ ਨਿਕਲਣਗੇ। ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਔਰ ਸਮੇਂ ਦੀ ਸਰਕਾਰ ਨੂੰ ਕਿ ਕਿਰਪਾ ਕਰਕੇ ਕਹਿਣ ਨੂੰ ਆਮ ਆਦਮੀ ਪਾਰਟੀ ਵਾਲੀ ਸਰਕਾਰ ਹੈ ਆਮ ਆਦਮੀ ਦੇ ਅਸੀਂ ਹੱਥ ਜੋੜਦੇ ਤੁਹਾਡੇ ਅੱਗੇ ਕਿ ਆਮ ਲੋਕਾਂ ਦੇ ਕੰਮ ਕਰਦੇ ਹੋ। ਸਾਡੀਆਂ ਇਹ ਸੜਕਾਂ ਮੁੱਖ ਮੰਗ ਹੈ ਸਾਡੇ ਹਲਕੇ ਦੀ ਕਿਰਪਾ ਕਰਕੇ ਸਾਡੀਆਂ ਸੜਕਾਂ ਬਣਾ ਦਿਓ ਔਰ ਆ ਜੋ ਮੁਸਲਮਾਨ ਗੁੱਜਰ ਵੀਰ ਸਾਡੇ ਪਸ਼ੂ ਲੈ ਕੇ ਨਿਕਲਦੇ ਨੇ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ 'ਤੇ DC ਸਾਹਿਬ ਦੇ ਹੁਕਮਾਂ ਤਹਿਤ ਬਣਦੀ ਕਾਰਵਾਈ ਕਰੋ। ਆ DC ਸਾਹਿਬ ਦੇ ਹੁਕਮ ਨੇ ਇਹਦੇ 'ਚ ਉਹਦਾ ਹੁਕਮ ਨੰਬਰ ਪਾਇਆ ਹੋਇਆ ਜਿਹੜੀ FIR ਹੋਈ ਆ। ਕਿਰਪਾ ਕਰਕੇ ਅਸੀਂ ਇਹ ਵੀ ਥਾਣਿਆਂ 'ਚ ਦੇ ਦਿਆਂਗੇ ਤੁਹਾਡੇ ਕੋਲ ਆਰਡਰ ਨੇ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਜਿਹੜੇ ਪ੍ਰਵਾਸੀ ਮਜ਼ਦੂਰ ਚਾਹੇ ਉਹ ਘਰਾਂ 'ਚ ਰਹਿੰਦੇ ਨੇ ਚਾਹੇ ਡੇਰਿਆਂ 'ਚ ਰਹਿੰਦੇ ਨੇ ਕਿਰਪਾ ਕਰਕੇ ਉਹਨਾਂ ਦੀ ਵੀ ਜੋ ਰਜਿਸਟ੍ਰੇਸ਼ਨ ਹੈ ਕਰਾਓ ਤਾਂ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰਾਂ ਔਰ ਪੰਜਾਬ ਦੇ ਵਿੱਚ ਜੋ ਨਜਾਇਜ਼ ਅਸਲਾ ਆ ਰਿਹਾ ਹੈ ਉਹ ਕਿਸੇ ਨਾ ਕਿਸੇ ਹੱਦ ਤੱਕ ਰੋਕਿਆ ਜਾ ਸਕੇ। ਮੇਰੀ ਇੰਨੀ ਬੇਨਤੀ ਹੈ ਜੇਕਰ ਕੋਈ ਗੱਲ ਵੱਧ ਕਹਿ ਗਿਆ ਹੋਵਾਂ ਤਾਂ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਦੀ ਸਾਹਿਬ ਨੇ ਬਹੁਤ ਮਹਿੰਗਾਈ ਤੱਕ ਦਹਾਈ ਤੱਕ ਬੋਲਿਆ। ਅੱਜ ਦੇ ਵਿਸ਼ੇ ਬਾਰੇ ਕੀ ਕਹੋਗੇ? ਅੱਜ ਕੀ ਵਿਸ਼ਾ ਹੈ ਜੀ ਜਿਹੜਾ ਕਿ ਅੱਜ ਇਹ ਗਾਈਆਂ ਬਾਰੇ ਜਾਂ ਕਿਸ ਵਿਸ਼ੇ ਬਾਰੇ ਅੱਜ ਇਕੱਠੇ ਹੋਏ ਆ ਤੁਸੀਂ? ਅੱਜ ਸਭ ਤੋਂ ਵੱਧ ਜੋ ਮਾਲਕਾਂ ਦਾ ਹੱਕ ਰੱਖਣ ਵਾਲੇ ਮਵੇਸ਼ੀ ਹੈ ਜਿਨ੍ਹਾਂ ਦੇ ਮਾਲਕ ਹੈ ਉਹਨਾਂ ਨੂੰ ਸੜਕਾਂ 'ਤੇ ਖੁੱਲ੍ਹਾ ਛੱਡ ਕੇ ਚਰਾਉਂਦੇ ਆ। ਉਹ ਖੁੱਲ੍ਹਾ ਛੱਡ ਕੇ ਚਰਾਉਣ ਦੇ ਨਾਲ ਜਿਵੇਂ ਅਲੱਗ ਅਲੱਗ ਤਰ੍ਹਾਂ ਦੇ ਨੁਕਸਾਨ ਹੋ ਰਿਹਾ ਹੈ, ਬਹੁਤ ਜ਼ਿਆਦਾ ਨੁਕਸਾਨ
ਮਨੁੱਖਤਾ ਦਾ ਹੋ ਰਿਹਾ ਜਦੋਂ ਕਿ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਜਦੋਂ ਆਪਾਂ ਰਸਤਿਆਂ 'ਤੇ ਕਿਤੇ ਰੁਕਦੇ ਹਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਗੱਡੀਆਂ ਪਿੱਛੇ ਲੱਗੀਆਂ ਹੁੰਦੀਆਂ ਅੱਧਾ ਤੱਕ ਪੌਣਾ ਪੌਣਾ ਘੰਟਾ ਮਗਰ ਸਾਨੂੰ ਤੁਰਨਾ ਪੈਂਦਾ ਅਤੇ ਜਿਹਦੇ ਨਾਲ ਆਰਥਿਕ ਨੁਕਸਾਨ ਵੀ ਬਹੁਤ ਹੁੰਦਾ। ਦੂਜੀ ਕਿਸਾਨਾਂ ਦੇ ਖੇਤਾਂ ਦਾ ਜ਼ਿਆਦਾ ਵੱਧ ਹੁੰਦਾ। ਤੀਜਾ ਜੋ ਆਪਾਂ ਸਰਕਾਰੀ ਪ੍ਰੋਪਰਟੀ ਜਿਵੇਂ ਦਰੱਖਤਾਂ ਬਾਰੇ ਤਾਂ ਹੀ ਦੱਸਿਆ ਹੀ ਹੈ ਪਰ ਅਸੀਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਘੁੰਮਦੇ ਹਾਂ। ਅੱਜ ਸੜਕਾਂ ਸਾਰੀਆਂ ਹੀ ਹਾਈਵੇ ਥੋੜ੍ਹਾ ਹਾਈਟ ਵਿੱਚ ਉੱਚੀਆਂ ਚੱਕ ਕੇ ਬਣਾਈਆਂ ਗਈਆਂ। ਉਹਨਾਂ ਦੇ ਜੋ ਵਰਮ ਹੈ ਇਹਨਾਂ ਮੱਝਾਂ ਨੇ ਉਹ ਵਰਮਾਂ ਨੂੰ ਆਪਣੇ ਪੈਰਾਂ ਨਾਲ ਜਗ੍ਹਾ ਜਗ੍ਹਾ ਤੋਂ ਰਾਸਤੇ ਬਣਾ ਕੇ ਤੋੜ ਦਿੱਤਾ ਜਿਹੜਾ ਕਿ ਉਹ ਸਰਕਾਰ ਦੀ ਪ੍ਰੋਪਰਟੀ ਦੇਸ਼ ਦੀ ਪ੍ਰੋਪਰਟੀ ਬਹੁਤ ਛੇਤੀ ਬਰਬਾਦ ਹੋਣ ਜਾ ਰਹੀ ਹੈ। ਨਹਿਰਾਂ ਦੇ ਉੱਤੇ ਨਹੀਂ ਆਪਣੇ ਆਪ ਹੀ ਬਗੈਰ ਕਿਸੇ ਨੂੰ ਦੱਸੇ ਤੋਂ ਹੀ ਘਾਟ ਬਣਾ ਲਿਆ। ਪਤਾ ਨਹੀਂ ਨਹਿਰ ਮਹਿਕਮਾ ਕਿੱਥੇ ਸੁੱਤਾ ਪਿਆ ਕਿ ਉਹ ਘਾਟ ਇਹਨਾਂ ਨੇ ਆਪਣੇ ਆਪ ਬਣਾ ਕੇ ਮੱਝਾਂ ਵਿੱਚ ਬਣਨ ਬਾਹਰ ਕੱਢਣ ਨੂੰ ਬਣਾ ਲਿਆ। ਸਭ ਤੋਂ ਵੱਡਾ ਸਾਨੂੰ ਅੱਜ ਖਤਰਾ ਸਾਡੇ ਦੇਸ਼ ਅਤੇ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਇਹ ਲੋਕ ਬਣੇ ਹੋਏ ਆ ਕਿਉਂਕਿ ਬਹੁਤ ਸਾਰੀਆਂ ਆਪਣੇ ਸਾਹਮਣੇ ਮਿਸਾਲਾਂ ਆਈਆਂ ਜਦੋਂ ਇਹਨਾਂ ਕੋਲ ਨਜਾਇਜ਼ ਹਥਿਆਰ ਮਿਲੇ ਅਤੇ ਨਜਾਇਜ਼ ਇਹਨਾਂ ਦੇ ਕੋਲੋਂ ਰਿਹਾਇਸ਼ਾਂ ਦੇ ਪਰੂਫ ਮਿਲੇ ਜ਼ਿਆਦਾ। ਜੇ ਅੱਜ ਦੀ ਜੋ ਗੱਲ ਹੈ ਇਹ ਅੱਜ ਦੀ ਗੱਲ ਜੋ ਨੌਜਵਾਨ ਹੈ ਇਹ ਸਾਡੇ ਕੋਲ ਗਏ ਸੀ। ਮੈਂ ਪੰਜਾਬ ਗਊਸ਼ਾਲਾ ਮਹਾਂਸੰਘ ਦਾ ਪ੍ਰੈਜੀਡੈਂਟ ਹੈ ਇਹ ਸਾਡੇ ਕੋਲ ਗਏ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਤੁਹਾਡਾ ਕੰਮ ਸ਼ਲਾਘਾਯੋਗ ਹੈ ਅਸੀਂ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਤੁਹਾਡੇ ਨਾਲ ਸਹਿਯੋਗ ਦੇਵਾਂਗੇ। ਆਰਥਿਕ ਪੱਖੋਂ ਵੀ ਹਰ ਸਾਈਡ ਤੋਂ ਮੈਨੂਅਲ ਵੀ ਤੁਹਾਨੂੰ ਸਪੋਰਟ ਕਰਾਂਗੇ। ਹੁੰਦਾ ਕੀ ਸੀ ਕਿ ਪੁਰਾਣੇ ਜ਼ਮਾਨੇ 'ਚ ਵੀ ਜੇ ਆਪਾਂ ਅੰਗਰੇਜ਼ਾਂ ਤੋਂ ਪਹਿਲਾਂ ਦੇ ਰਾਜ ਦੀ ਵੀ ਗੱਲ ਕਰੀਏ ਅੰਗਰੇਜ਼ਾਂ ਦੇ ਸਮੇਂ ਦੀ ਹੁਣ ਦੀ ਵੀ ਗੱਲ ਕਰੀਏ ਅੱਜ ਵੀ ਪੰਚਾਇਤ ਵਿੱਚ ਹੈ ਜੇ ਕੋਈ ਪਸ਼ੂ ਖੁੱਲ੍ਹਾ ਮਿਲਦਾ ਹੈ ਮਾਲਕ ਉਹਨੂੰ ਨਹੀਂ ਬੰਨਦਾ ਅਤੇ ਉਹਦੇ ਉੱਤੇ ਫਾਟਕ ਦਾ ਐਕਟ ਲਾਗੂ ਹੈ ਕਿ ਉਹਨੂੰ ਫਾਟਕ ਵਿੱਚ ਦਿੱਤਾ ਜਾਵੇ ਅਤੇ ਉਦੋਂ ਹੀ ਛੱਡਿਆ ਜਾਵੇ ਜਦੋਂ ਉਹ ਤੋਂ ਜੁਰਮਾਨਾ ਵਸੂਲ ਕਰ ਲਿਆ ਜਾਵੇ। ਜਿਹੜੀ ਗੱਲ ਅੱਜ ਇਹਨਾਂ ਦੀ ਲਈ ਹੈ ਘਾਹ ਜਿਹੜਾ ਹੈ ਉਹ ਗਊਚਰਾਂ ਦਾ ਘਾਹ ਸਭ ਤੋਂ ਵੱਧ ਇਹ ਲੋਕ ਬਰਬਾਦ ਕਰਦੇ ਆ ਚਾਹੇ ਉਹ ਸਰਕਾਰੀ ਜ਼ਮੀਨਾਂ ਚਾਹੇ ਉਹ ਸੜਕਾਂ ਹੈ ਉਹ ਗਊਚਰਾਂ ਦੇ ਵਿੱਚ ਜੋ ਬਣ ਹੈ ਸਾਡਾ ਉਹ ਸਭ ਤੋਂ ਵੱਧ ਵਣ ਵਿਭਾਗ ਵਿੱਚ ਨੁਕਸਾਨ ਇਹ ਕਰਦੇ ਆ। ਉਲਟਾ ਜਦੋਂ ਅਸੀਂ ਗਊਚਰ ਲਈ ਅੱਜ ਅਸੀਂ ਦੋ ਤਿੰਨ ਮੁੱਦਿਆਂ 'ਤੇ ਇਕੱਠੇ ਹੋਏ ਹਾਂ। ਆਹ ਤਾਂ ਦੋ ਮੇਰੇ ਕੋਲ ਔਡਰਾਂ ਦੀਆਂ ਕਾਪੀਆਂ ਜੀ DC ਸਾਹਿਬ ਦੇ ਜਿਹੜੇ ਇੱਕ ਔਡਰ ਹੋਏ ਆ ਇਹ 24/8 ਨੂੰ ਤਾਂ ਇੱਕ ਹੋਏ ਜੀ 23/8 ਨੂੰ। ਇਹ ਦੋਨੋਂ ਔਡਰ ਹੈਗੇ ਇੱਕ ਪ੍ਰਵਾਸੀਆਂ ਦੀਆਂ ਵੈਰੀਫਿਕੇਸ਼ਨਾਂ ਦੇ ਇੱਕ ਹੈਗੇ ਜਿਹੜੇ ਸਾਡਾ ਗੁੱਜਰ ਭਾਈਚਾਰਾ ਪਸ਼ੂ ਖੁੱਲ੍ਹੇ ਸੜਕਾਂ 'ਤੇ ਲੈ ਕੇ ਘੁੰਮਦਾ ਹੈ। ਇਹਦੇ ਬਿਹਾਫ 'ਤੇ 3 ਮਹੀਨੇ ਦੇ ਔਡਰ ਹੁੰਦੇ ਆ ਇਹ ਜਿਹੜੇ ਨਾ ਤਾਂ ਪ੍ਰਵਾਸੀਆਂ ਦੀਆਂ ਵੈਰੀਫਿਕੇਸ਼ਨਾਂ ਹੋ ਰਹੀਆਂ ਨਾ ਹੀ ਜਿਹੜਾ ਭਾਈਚਾਰਾ ਪਸ਼ੂ ਲੈ ਕੇ ਰੋਡ 'ਤੇ ਘੁੰਮਦਾ ਉਹਨਾਂ 'ਤੇ ਕੋਈ ਵੀ ਐਕਸ਼ਨ ਹੋ ਰਿਹਾ। ਅਸੀਂ ਇੱਕ ਦੋ ਵਾਰੀ SHO ਸਾਹਿਬ ਨੂੰ ਇਹਦੇ ਪ੍ਰਤੀ ਦੱਸਿਆ ਵੀ ਬੰਦਾ ਵੀ ਚੁਕਾਇਆ ਪਰ ਫਿਰ ਵੀ ਕੋਈ FIR ਵਗੈਰਾ ਦਰਜ ਨਹੀਂ ਹੋਈ ਇੱਥੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜੇਕਰ SHO ਸਾਹਿਬ ਜਾਂ ਕਿਸ ਪ੍ਰਸ਼ਾਸਨ ਨੇ ਕਿਸੇ ਨੇ ਇਹਤੇ ਕੋਈ ਕੰਮ ਨਾ ਕੀਤਾ ਤਾਂ ਜਨਤਾ ਨੂੰ ਆਪ ਰੋਡ 'ਤੇ ਆਉਣਾ ਪੈਣਾ ਕਿਉਂਕਿ ਜਿਹੜੇ ਪਸ਼ੂ ਹੈ ਇੱਕ ਤਾਂ ਐਕਸੀਡੈਂਟ ਦਾ ਕਾਰਨ ਬਣਦੇ ਆ, ਦੂਜਾ ਟ੍ਰੈਫਿਕ 'ਚ ਪ੍ਰੋਬਲਮ ਆਉਂਦੀ ਹੈ, ਤੀਜਾ ਜਿਹੜਾ ਵਣ ਵਿਭਾਗ ਰੋਡ ਦੇ ਨਾਲ ਬੂਟੇ ਲਾ ਰਿਹਾ ਉਹਦੀ ਬਿਲਕੁਲ ਖਤਮ ਕਰਤੇ ਨਹੀਂ, ਉਹ ਇੱਕ ਵੀ ਬੂਟਾ ਤੁਹਾਨੂੰ ਨਹੀਂ ਮਿਲਣਾ। ਤਾਂ ਇੱਕ ਇਸ ਮੁੱਦੇ 'ਤੇ ਅਸੀਂ ਇੱਕ ਨਹਿਰ ਦੇ ਨਾਲ ਜਿਹੜੀ ਸੜਕ ਹੈ ਉਹ ਉਸਾਰੀ ਅਧੀਨ ਹੈ ਉਹਦੇ 'ਤੇ